ਹੇ ਗਾਇਸ ਵਟਸਅਪ ਵੈਲਕਮ ਟੂ ਮਾਈ ਯੂਟਿਊਬ ਚੈਨਲ ਆਈ ਹੋਪ ਤੁਸੀਂ ਸਾਰੇ ਨੇ ਵਧੀਆ ਹੋਵੋਗੇ ਸੋ ਫਾਈਨਲੀ ਪੂਰੇ 1 ਸਾਲ ਬਾਅਦ ਅੱਜ ਆਪਾਂ ਵੀਡੀਓ ਵਲੋਗ ਸਟਾਰਟ ਕੀਤਾ ਗਾ ਸਾਲ ਆਪਾਂ ਪਹਿਲਾਂ ਵੀਡੀਓ ਪਾਉਣ ਤਾਂ ਲੱਗ ਗਈ ਪਰ ਗੱਲ ਜੀ ਬਣੀ ਨਹੀਂ ਆਪਾਂ ਹੁਣ ਦੁਬਾਰਾ ਤੋਂ ਰੈਗੂਲਰ ਵੀਡੀਓ ਪਾਇਆ ਕਰਾਂਗੇ ਅਤੇ ਅੱਜ ਆਪਣਾ ਫਸਟ ਡੇ ਆ ਕਾਲਜ ਦੇ ਵਿੱਚ ਥੰਬਨੇਲ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿਹੜਾ ਕਾਲਜ ਆ ਅਤੇ ਅੱਜ ਆਪਾਂ ਕਾਲਜ ਦੇ ਵਿੱਚ ਆਉਣਾ ਫਸਟ ਡੇ ਚਲੋ ਮਿਲਦੇ ਹਾਂ ਫਿਰ ਸਾਲ ਪਹਿਲਾਂ ਪੁੱਛਣੇ ਸਾਰੇ ਸਾਲ ਕਿੱਧਰ ਗਿਆ ਪਹਿਲਾਂ ਆਤਰਾ ਸਾਲ ਬਾਈ ਮੈਂ ਪਹਿਲਾਂ ਬਾਹਰ ਜਾਣ ਦੇ ਚੱਕਰਾਂ 'ਚ ਗਵਾ ਚੁੱਕਿਆ ਉਹ ਵੀ ਨਹੀਂ ਕੰਮ ਬਣਿਆ ਬਾਹਰ ਦਾ ਕੋਈ ਗੱਲ ਨਹੀਂ ਬਾਹਰ ਦਾ ਕੁਰਸੀ ਆਪਾਂ ਫੇਰ ਕਰਨਾ ਪੜ੍ਹਾਈ ਲਿਖਾਈ ਮੇਂ ਧਿਆਨ ਲਗਾਓ IAS ਬਣੋ ਔਰ ਦੇਸ਼ ਕੋ ਸੰਭਾਲੋ ਤੁਹਾਨੂੰ ਮੈਂ ਲੈ ਕੇ ਚੱਲਦਾ ਕਾਲਜ ਦੇ ਵਿੱਚ ਰੈਡੀ ਸ਼ੈਡੀ ਹੁੰਦੇ ਹਾਂ ਮੀਂਹ ਪਈ ਜਾਂਦਾ ਬਹੁਤ ਅਤੇ ਬਾਅਦ 'ਚ ਗੱਲਬਾਤ ਕਰਦੇ ਹਾਂ ਸੱਕੋ ਜੀ ਸੋਫਾ ਜੀ ਆਪਾਂ ਰੈਡੀ ਹੋ ਚੁੱਕੇ ਹਾਂ ਇੱਕ ਮਿੰਟ ਹੁੰਦੀ ਹੈ ਪਛਾਣ ਫਾਈਨਲੀ ਆਪਾਂ ਰੈਡੀ ਹੋ ਗਏ ਅਤੇ ਆਪਾਂ ਕਾਲਜ ਜਾਣਾ ਹੈਗਾ ਅਤੇ ਮੀਂਹ ਵੀ ਹਟ ਗਿਆ ਹੁਣ ਤਾਂ ਮੀਂਹ ਹੈ ਨਹੀਂ ਗਾ ਅਤੇ ਬੀਬੀ ਰੋਟੀ ਪਕਾ ਕੇ ਲਿਆਈ ਹੈ ਦਾਦੀ ਰੋਟੀ ਪਕਾ ਕੇ ਲਿਆਈ ਖਾਣਾ ਚੱਲ ਆ ਜਾ ਰੋਟੀ ਖਾ ਲਈ ਹਾਂਜੀ ਅਤੇ ਆਪਾਂ ਚੱਲੇ ਹਾਂ ਕਾਲਜ ਦੇ ਵਿੱਚ ਰੋਟੀ ਖਾ ਲਈ ਚੰਗਾ ਮਾਂ ਸਤਿ ਸ਼੍ਰੀ ਅਕਾਲ ਮਾਂ ਮੇਰੀ ਗੁੱਸੇ ਸੀਗੀ ਫਿਰ ਵੀ ਚੱਲ ਆਪਾਂ ਰੋਟੀ ਮੇਰੀ ਬੰਨੀ ਪਈ ਆ ਚੰਗਾ ਰੈਡੀ ਚੱਲੇ ਕਾਪੀ ਪੈਨ ਦਾ ਆਪਾਂ ਲੈ ਕੇ ਚੱਲੇ ਨਹੀਂ ਅਤੇ ਰੋਟੀ ਜਿਹੜੀ ਮੇਨ ਉਹ ਲੈ ਕੇ ਚੱਲਿਆ ਮੈਂ ਕਾਲਜ ਦੇ ਵਿੱਚ ਦਾਨੇ ਦੇ ਬਾਹਰ ਖੜੇ ਲਾਭੀ ਉਹਦੀ ਕੋਈ ਗੱਲ ਨਹੀਂ ਤੈਨੂੰ ਵੀ ਲੈ ਕੇ ਜਾਵਾਂਗੇ ਨਾਂ ਨੂੰ ਕਰਾ ਲਗੇ ਟੈਨਸ਼ਨ ਨਾ ਲੈ ਬਾਹਰ ਖੜੇ ਆ ਕਿਵੇਂ ਮੁੰਡੇ ਤਿਆਰ ਤੁਰ ਹੋਏ ਬੈਠੇ ਆ ਅਤੇ ਲਿਬੜ ਤਾਂ ਸਾਰਿਆਂ ਨੇ ਜਾਣਾ ਹੀ ਹੈ ਇੱਥੇ ਅੱਜ ਚੱਲ ਵੀ ਗਾਂਹ ਹੋ ਮੁੰਡਿਆ ਰੋਟੀ ਫਿਰ ਆਈ ਲੈ ਕੇ ਚੱਲਾਂਗੇ ਉਹ ਕਿਆ ਉਹ ਲੈ ਜਾਂਦੀ ਗੱਟ ਗੁੱਟ ਦਾ ਲੈਣ ਕੱਟ ਗਈ ਆ ਚਲੋ ਸੋ ਇੱਧਰ ਟਿਕਟ ਸੀ ਅਤੇ ਆਪਾਂ ਐਂ ਨਹੀਂ ਚੱਲਦੇ ਹਾਂ ਹੌਲੀ ਚੱਲ ਬਈ ਯਾਰ ਵਾਲ ਖਰਾਬ ਹੁੰਦੇ ਆ ਹੌਲੀ ਚੱਲ ਬਈ ਯਾਰ ਵਾਲ ਖਰਾਬ ਹੁੰਦੇ ਆ ਲਾਸਟ ਡੇ ਜੀ ਚੈਨ ਜੋ ਬੱਸ ਸਟੈਂਡ ਆਪਾਂ ਆ ਗਏ ਸੀਗੇ ਅਤੇ ਸਾਰੇ ਜਣੇ ਤੇ ਖੜੇ ਆ ਅਤੇ ਬੱਸ ਵੀ ਆ ਗਈ PRTC ਆ ਗਈ ਰੋਡਵੇਜ਼ ਦੀ ਲਾਰੀ ਜਸ ਘੜੀ ਦਾ ਇੰਤਜ਼ਾਰ ਸੀ ਹੁਣ ਬਸ ਕੁਝ ਕੁ ਦੇਰੀ 'ਤੇ ਆ ਤੁਰੇ ਜਾਂਦੇ ਆਪਾਂ ਹੌਲੀ ਹੌਲੀ ਦੋ ਤਿੰਨ ਵਾਲਿਆਂ ਨੂੰ ਤਾਂ ਬੱਸ ਸਟੈਂਡ ਦੇਖ ਹੀ ਪਤਾ ਲੱਗ ਗਿਆ ਹੋਣਾ ਕਾਲਜ ਕਿਹੜਾ ਅਤੇ ਨਾਂ ਕੀ ਆ ਕਾਲਜ ਦਾ ਚੱਲਦੇ ਹਾਂ ਆਪਾਂ ਕਾਲਜ ਦੇ ਵਿੱਚ ਥੋੜ੍ਹੀ ਜਿਹੀ ਵਾਟ ਆ ਇੱਥੋਂ ਚੱਲਦੇ ਹਾਂ ਆਪਾਂ ਇਹ ਤਾਂ ਕਾਪੀ ਪੈੱਨ ਵੀ ਲੈਣਾ ਜ਼ਰੂਰੀ ਹੈ ਯਾਰ ਫਸਟ ਡੇ ਆ ਕਾਪੀ ਪੈੱਨ ਤਾਂ ਲੈਣਾ ਹੀ ਪੈਣਾ ਸ਼ਾਬਾਸ਼ ਬੇਟਾ ਬਹੁਤ ਬੜੀਆ ਕਾਪੀ ਪੈੱਨ ਆਪਾਂ ਲੈ ਲਿਆ ਅਤੇ ਪੈੱਨ ਦੀ ਦੇਣ ਬਸ ਠੀਕ ਆ ਪੈੱਨ ਦਿਸੀ ਜਾਂਦਾ ਆਪਣਾ ਕਾਪੀ ਪੈੱਨ ਆਪਣਾ ਜ਼ਰੂਰੀ ਸੀ ਉਹ ਲੈ ਲਿਆ ਆਪਾਂ ਰੋਟੀ ਤਾਂ ਫਿਰ ਬਾਹਲੀ ਜ਼ਰੂਰੀ ਸੀ ਪਹਿਲਾਂ ਹੀ ਲੈਣੀ ਸੀ ਆਪਾਂ ਚੱਲਦੇ ਹਾਂ ਗਾਂਹ ਦਿਖਾਉਂਦਾ ਇੱਥੇ ਤਾਂ ਕੁਛ ਨਹੀਂ ਗਾ ਗਾਂਹ ਦਿਖਾਉਣਾ ਤੁਹਾਨੂੰ ਮਾਹੌਲ ਕਾਲਜ ਦਾ ਮਾਹੌਲ ਦਿਖਾਉਣਾ ਸਮਝ ਰਹੇ ਹੋ ਸਮਝ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਜਿਸ ਘੜੀ ਦਾ ਤਿਆਰ ਸੀ ਆਪਾਂ ਕਾਲਜ ਦੇ ਵਿੱਚ ਆ ਗਏ ਹਾਂ ਹਰਿੰਦਰਾ ਕਾਲਜ ਦੇ ਵਿੱਚ ਕਿ ਇਹਨਾਂ ਦਾ ਮਾਹੌਲ ਖਾਲੀ ਆ ਲੱਗ ਉਹ ਪਿੱਛੇ ਗੱਲਾਂ ਦੀ ਪੂਰੀ ਰੀਲ ਬੰਨੀ ਬੈਠੇ ਆ ਹੌਲੀ ਹੌਲੀ ਬਣਵਾਓ ਕੋਈ ਗੱਲ ਨਹੀਂ ਮੈਂ ਤਾਂ ਯਾਰ ਮੇਰੇ ਇਕੱਲੇ ਦਾ ਤਾਂ ਅਲੱਗ ਆ ਜਿੱਥੇ ਮੈਂ ਐਡਮਿਸ਼ਨ ਲਈ ਉਹਦਾ ਅਲੱਗ ਹੀ ਇਹਨਾਂ ਸਾਰਿਆਂ ਨਾਲੋਂ ਸਾਡੀ ਤਾਂ ਅਲੱਗ ਪਛਾਣ ਆ A few minutes later.
ਸੋ ਫਾਈਨਲੀ ਅਸੀਂ ਹੁਣ ਫ੍ਰੀ ਹੋ ਗਏ ਹਾਂ ਅਤੇ ਹੁਣ ਜਾਣ ਦੀ ਤਿਆਰੀ ਦੇ ਵਿੱਚ ਹਾਂ। ਅਤੇ ਅੱਜ ਇੱਕ ਕਲਾਸ ਲੱਗੀ ਸੀ, ਉਹ ਵੀ ਇੱਕ ਘੰਟੇ ਦੀ ਹਾਲ ਦੇ ਵਿੱਚ ਲਾਈ ਸੀਗੀ, ਅਤੇ ਜਿਹੜੀ ਮੇਨ ਚੀਜ਼ ਸੀ ਕਾਲਜ ਦੀ ਉਹ ਦਿਖਾਉਣ ਵਾਲੀ ਸੀ ਤੁਹਾਨੂੰ ਹਾਲ ਦੇ ਵਿੱਚ, ਪਰ ਉੱਥੇ ਫੋਨ ਅਲਾਊਡ ਨਹੀਂ ਸੀਗਾ ਅਤੇ ਮੈਂ ਤਾਂ ਕਰਕੇ ਵੀਡੀਓ ਨਹੀਂ ਬਣਾਈ ਸੀਗੀ। ਅਤੇ ਬਹੁਤ ਘੈਂਟ ਸੀਗਾ ਹਾਲ, ਜਿਹਦੇ ਵਿੱਚ ਉਹਨਾਂ ਨੇ ਸਮਝਾਇਆ ਸੀਗਾ ਕਿ ਆਪਦਾ ਕੀ ਸਿਸਟਮ ਆ, ਫਸਟ ਡੇ ਸੀਗਾ, ਇਹ ਜਿਹੜੇ ਫਸਟ ਈਅਰ ਵਾਲੇ ਸਾਰੇ ਸਟੂਡੈਂਟ ਆ, ਕਿਸੇ ਨੂੰ ਨਹੀਂ ਪਤਾ ਹੁੰਦਾ ਗਾ, ਉਹਨਾਂ ਨੂੰ ਸਾਰਾ ਕੁਝ ਸਮਝਾਇਆ ਸੀ। ਅੱਜ ਮੈਂ ਵੀ ਸੀ ਉੱਥੇ ਸੀ, ਅਤੇ ਮਤਲਬ ਵਧੀਆ ਸੀਗਾ ਕਹਿ ਸਕਦੇ ਹਾਂ ਅਸੀਂ, ਪੂਰੀ ਗੱਲਬਾਤ ਸੀਗੀ ਉੱਥੇ, ਅਤੇ ਵਧੀਆ ਲੱਗਿਆ ਕਾਲਜ ਯਾਰ। ਕਾਲਜ ਬਹੁਤ ਵੱਡਾ ਇੱਥੇ ਨਾ, ਮੈਂ ਨਾ ਤੁਰਦਾ ਬੰਦਾ ਹੀ ਥੱਕ ਜਾਂਦਾ ਹੈਗਾ, ਇੱਧਰ ਦੀ ਨਿਕਲੇਗਾ ਅਤੇ ਉੱਧਰ ਦੀ ਨਿਕਲੇਗਾ, ਜਾ ਕੇ ਇੱਧਰ ਦੀ ਵੜੇਗਾ ਉੱਧਰ ਦੀ ਨਿਕਲੇਗਾ, ਮਤਲਬ ਪੂਰਾ ਯਾਰ ਭੂਲ ਬੁਲਈਆ ਹੀ ਹੋਇਆ ਪਿਆ ਕੰਮ ਪੂਰਾ। ਵਧੀਆ ਕਾਲਜ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਹਾਂ ਹੈਗਾ, ਜਿੱਥੇ ਇੱਥੇ ਫਿਲਮ ਦੀ ਸ਼ੂਟਿੰਗ ਹੋਈ ਸੀ, ਜਿਹੜੀ ਬਲੈਕੀਆ ਫਿਲਮ ਸੀ ਨਾ, ਬਲੈਕੀਆ ਫਿਲਮ ਦੀ ਸ਼ੂਟਿੰਗ ਹੋਈ ਸੀ ਇੱਥੇ, ਉਹ ਤੁਹਾਨੂੰ ਸੀਨ ਦਿਖਾਉਂਦਾ ਮੈਂ ਕਿਹੜੇ ਪਾਸੇ ਹੋਈ ਸੀ। ਸੋ ਫਾਈਨਲੀ ਅਸੀਂ ਕਾਲਜ ਦੇ ਬਾਹਰ ਹੋ ਚੁੱਕੇ ਹਾਂ ਅਤੇ ਹੁਣ ਜਾਣ ਦੀ ਤਿਆਰੀ ਵਿੱਚ ਹਾਂ। ਕਿਹੋ ਜਿਹਾ ਲੱਗਿਆ ਫਿਰ ਤੁਹਾਨੂੰ ਅੱਜ? ਬਹੁਤ ਧੱਕੇ ਖਾਧੇ ਨਾ ਅੱਜ। ਹਾਂਜੀ, ਆਪਾਂ ਕਾਲਜ ਦੇ ਵਿੱਚੋਂ ਆ ਗਏ ਸੀਗੇ ਅਤੇ ਥੱਕ ਥੁੱਕ ਗਏ, ਮੈਂ ਤਾਂ ਬਹੁਤ ਜ਼ਿਆਦਾ, ਮੈਂ ਸੌਂ ਗਿਆ ਸੀਗਾ ਅਤੇ ਸੌਂ ਕੇ ਹੁਣ ਆਇਆ ਮੈਂ ਲੈਬ 'ਤੇ। ਅਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅੱਜ ਕੋਈ ਆਪਣਾ ਖਾਸ ਮਕਸਦ ਨਹੀਂ ਸੀ ਵੀਡੀਓ ਬਣਾਉਣ ਦਾ, ਸਿਰਫ ਆਪਾਂ ਸਟਾਰਟਿੰਗ ਕਰਨੀ ਸੀ ਅੱਜ, ਅਤੇ ਸਟਾਰਟਿੰਗ ਨਾਲ ਹੀ ਆਪਾਂ ਮੈਂ ਬਠਿੰਡੇ ਦਾ ਵਲੋਗ ਬਣਾਇਆ ਸੀਗਾ, ਆਪਣਾ ਕੋਈ ਖਾਸ ਮਕਸਦ ਨਹੀਂ ਸੀਗਾ ਤਾਂ ਕਰਕੇ। ਅਤੇ ਆਪਾਂ ਹੁਣ ਵਲੋਗ ਦਾ ਐਂਡ ਕਰਦੇ ਹਾਂ, ਸਾਰਿਆਂ ਨੇ ਦੱਬ ਕੇ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿਉ, ਅਤੇ ਸਬਸਕ੍ਰਾਈਬ ਵਧਣੇ ਚਾਹੀਦੇ ਹੁਣ, ਠੀਕ ਹੈ ਬਾਈ, ਵਧਾ ਦਈਏ, ਠੀਕ ਹੈ।